ਵੱਡੀਆਂ ਕੰਪਨੀਆਂ ਕਿਸਾਨਾਂ ਨੂੰ ਜਾਣਦੀਆਂ ਨੇ ਟੀਚਰ, ਪਰ ਆਮ ਲੋਕਾਂ ਵਿੱਚ ਅਜੇ ਵੀ ਕਿਸਾਨਾਂ ਨੂੰ ਦਿੱਤਾ ਜਾਂਦਾ ਅੰਨਦਾਤੇ ਦਾ ਦਰਜਾ। ਇੱਥੇ ਇੱਕ ਸ਼ਾਪਿੰਗ ਮਾਲ ਦੇ ਵਿੱਚੋਂ ਕਿਸਾਨ ਨੂੰ ਧੱਕੇ ਮਾਰ ਕੇ ਕੱਢਿਆ ਬਾਹਰ, ਸਰਕਾਰ ਨੇ ਤੁਰੰਤ ਸੁਣਾ ਦਿੱਤਾ ਹੁਕਮ ਤੇ ਸ਼ਾਪਿੰਗ ਮਾਲ ਨੂੰ ਜੜ ਦਿੱਤਾ ਤਾਲਾ। ਕਿਸਾਨਾਂ ਦੇ ਸਿਰ ਤੋਂ ਬਣੀਆਂ ਵੱਡੀਆਂ ਕੰਪਨੀਆਂ ਕਿਸਾਨਾਂ ਨੂੰ ਟੱਚ ਕਰਕੇ ਜਾਣਦੀਆਂ ਨੇ, ਪਰ ਆਮ ਲੋਕਾਂ ਦੇ ਵਿੱਚ ਅਜੇ ਵੀ ਕਿਸਾਨਾਂ ਨੂੰ ਅੰਨਦਾਤਾ ਵਜੋਂ ਸਤਿਕਾਰ ਦਿੱਤਾ ਜਾਂਦਾ। ਅਜਿਹਾ ਇੱਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇੱਕ ਨਾਮੀ ਸ਼ਾਪਿੰਗ ਮਾਲ ਦੇ ਸਿਕਿਉਰਿਟੀ ਗਾਰਡ ਨੇ ਇੱਕ ਧੋਤੀ ਵਾਲੇ ਕਿਸਾਨ ਨੂੰ ਸ਼ਾਪਿੰਗ ਮਾਲ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ 'ਤੇ ਆਈ ਤਾਂ ਆਮ ਲੋਕਾਂ ਨੇ ਇਸ ਘਟਨਾ ਦਾ ਜ਼ਬਰਦਸਤ ਵਿਰੋਧ ਕੀਤਾ। ਸਰਕਾਰ ਵੀ ਇਸ ਮਾਮਲੇ ਦੇ ਵਿੱਚ ਪਿੱਛੇ ਨਹੀਂ ਹਟੀ। ਸਰਕਾਰ ਨੇ ਤੁਰੰਤ ਹੁਕਮ ਜਾਰੀ ਕਰਦਿਆਂ ਸ਼ਾਪਿੰਗ ਮਾਲ ਨੂੰ ਤਾਲਾ ਠੁੱਕ ਦਿੱਤਾ। ਦੇਖੋ ਆਖਿਰ ਕੀ ਆ ਪੂਰੀ ਖਬਰ ਅਤੇ ਕਿੱਥੋਂ ਦਾ ਹੈ ਇਹ ਮਾਮਲਾ। ਵੱਡੀਆਂ ਵੱਡੀਆਂ ਨਾਮੀ ਕੰਪਨੀਆਂ ਕਿਸਾਨਾਂ ਦੀ ਉਪਜ ਤੋਂ ਕਰੋੜਾਂ ਅਰਬਾਂ ਦੀ ਕਮਾਈ ਕਰਦੀਆਂ ਨੇ ਅਤੇ ਕਿਸਾਨਾਂ ਨੂੰ ਹੀ ਮਾੜਾ ਆਖਦੀਆਂ ਨੇ। ਅਜਿਹਾ ਇੱਕ ਮਾਮਲਾ ਕਰਨਾਟਕ ਦੇ ਬੈਂਗਲੁਰੂ ਵਿਖੇ ਸਾਹਮਣੇ ਆਇਆ ਜਿੱਥੇ ਜੀ ਟੀ ਵਰਲਡ ਮਾਲ ਦੇ ਸੁਰੱਖਿਆ ਗਾਰਡਾਂ ਨੇ ਇੱਕ ਬਜ਼ੁਰਗ ਕਿਸਾਨ ਨੂੰ ਸ਼ਾਪਿੰਗ ਮਾਲ ਦੇ ਵਿੱਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਉਸਦੇ ਧੋਤੀ ਪਹਿਨੀ ਹੋਈ ਸੀ। ਮਾਮਲਾ ਜਿਵੇਂ ਹੀ ਮੀਡੀਆ ਦੇ ਵਿੱਚ ਆਇਆ ਤਾਂ ਪੂਰੇ ਕਰਨਾਟਕ ਦੇ ਵਿੱਚ ਭੁਚਾਲ ਖੜ੍ਹਾ ਹੋ ਗਿਆ। ਆਮ ਲੋਕਾਂ ਤੋਂ ਲੈ ਕੇ ਸੱਤਾਧਾਰੀਆਂ ਅਤੇ ਵਿਰੋਧੀ ਵਿਧਾਇਕ ਵੀ ਕਿਸਾਨ ਦੇ ਸਮਰਥਨ ਦੇ ਵਿੱਚ ਖੜ੍ਹੇ ਹੋ ਗਏ। ਵਿਧਾਨ ਸਭਾ ਦੇ ਵਿੱਚ ਵਿਧਾਇਕਾਂ ਨੇ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਇਸ ਤੋਂ ਬਾਅਦ ਸਰਕਾਰ ਨੇ ਇੱਕ ਕਿਸਾਨ ਦੇ ਕਥਿਤ ਅਪਮਾਨ ਨੂੰ ਕਿਸੇ ਵਿਅਕਤੀ ਦੀ ਇੱਜ਼ਤ ਅਤੇ ਸਵੈ ਮਾਣ ਦੀ ਉਲੰਘਣਾ ਕਰਾਰ ਦਿੱਤਾ ਅਤੇ ਆਖਿਆ ਕਿ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਕਿਹਾ ਕਿ ਪਿਛਲੇ ਹਫ਼ਤੇ ਵਿਧਾਨ ਸਭਾ 'ਚ ਇੱਕ ਪਿੰਡ ਦੇ ਇੱਕ ਕਿਸਾਨ ਨੂੰ ਧੋਤੀ ਪਹਿਨਣ 'ਤੇ ਮਾਲ ਦੇ ਵਿੱਚ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਜੋ ਕਿ ਬੇਹੱਦ ਮੰਦਭਾਗਾ, ਜਦਕਿ ਪੰਚੇ ਸਾਡਾ ਸੱਭਿਆਚਾਰਕ ਪਹਿਰਾਵਾ ਆ, ਜਾਣੀ ਕਿ ਧੋਤੀ ਸਾਡਾ ਸੱਭਿਆਚਾਰਕ ਪਹਿਰਾਵਾ ਆ, ਅਸੀਂ ਇਸ ਤੋਂ ਵੱਖ ਨਹੀਂ ਹੋ ਸਕਦੇ। ਇਸ ਘਟਨਾ ਤੋਂ ਬਾਅਦ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵ ਕੁਮਾਰ ਨੇ ਧੋਤੀ ਪਹਿਨੇ ਕਿਸਾਨ ਨੂੰ ਉਸਦੇ ਇਸ ਪਹਿਰਾਵੇ ਕਾਰਨ ਦਾਖਲ ਹੋਣ ਤੋਂ ਮਨ੍ਹਾ ਕੀਤੇ ਜਾਣ ਦੇ ਮੱਦੇਨਜ਼ਰ ਜਿੱਥੇ ਸਰਕਾਰ ਮਾਲ ਅਤੇ ਹੋਰ ਅਦਾਰਿਆਂ ਨੂੰ ਹਦਾਇਤਾਂ ਜਾਰੀ ਕੀਤੀਆਂ, ਉੱਥੇ ਹੀ ਜੀ ਟੀ ਵਰਲਡ ਮਾਲ ਨੂੰ 7 ਦਿਨਾਂ ਲਈ ਬੰਦ ਕਰਨ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਇਸ ਵੱਡੇ ਮਾਲ ਨੂੰ ਤਾਲਾ ਠੋਕ ਦਿੱਤਾ ਗਿਆ। ਇੱਥੇ ਹੀ ਬੱਸ ਨਹੀਂ ਹੁੰਦੀ, ਜੀ ਟੀ ਵਰਲਡ ਮਾਲ ਤੋਂ ਲਿਖਤੀ ਸਪਸ਼ਟੀਕਰਨ ਅਤੇ ਮੁਆਫ਼ੀਨਾਮਾ ਵੀ ਮੰਗਿਆ ਗਿਆ ਅਤੇ ਬਕਾਇਆ ਟੈਕਸ ਦਾ ਭੁਗਤਾਨ ਕਰਨ ਦੇ ਲਈ ਸਖ਼ਤੀ ਦੇ ਨਾਲ ਆਖਿਆ ਗਿਆ। ਉਪ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਦਿਸ਼ਾ ਹੁਕਮ ਜਾਰੀ ਕਰਾਂਗੇ ਕਿ ਅਜਿਹੀ ਘਟਨਾ ਸੂਬੇ ਦੇ ਵਿੱਚ ਕਿਤੇ ਵੀ ਦੁਹਰਾਈ ਨਾ ਜਾਵੇ। ਦਰਅਸਲ ਇਹ ਘਟਨਾ 16 ਜੁਲਾਈ ਦੀ ਹੈ ਜਦੋਂ ਹਵੇਰੀ ਜ਼ਿਲ੍ਹੇ ਦੇ 70 ਸਾਲਾਂ ਫਕੀਰੱਪਾ ਆਪਣੀ ਪਤਨੀ ਅਤੇ ਬੇਟੇ ਦੇ ਨਾਲ ਮਲਟੀਪਲੈਕਸ 'ਚ ਫਿਲਮ ਵੇਖਣ ਲਈ ਗਿਆ ਸਨ ਤਾਂ ਫਕੀਰੱਪਾ ਨੇ ਕਥਿਤ ਤੌਰ 'ਤੇ ਚਿੱਟੀ ਸ਼ਰਟ ਅਤੇ ਧੋਤੀ ਪਹਿਨੀ ਹੋਈ ਸੀ। ਮਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਉਸ ਨੂੰ ਅਤੇ ਉਸਦੇ ਬੇਟੇ ਨੂੰ ਕਿਹਾ ਕਿ ਉਹਨਾਂ ਨੂੰ ਪੰਚੇ ਪਹਿਨ ਕੇ ਅੰਦਰ ਜਾਣ ਦੀ ਇਜਾਜ਼ਤ ਨਹੀਂ। ਸੁਰੱਖਿਆ ਕਰਮਚਾਰੀ ਨੇ ਉਸਨੂੰ ਪਤਲੂਨ ਪਹਿਨਣ ਲਈ ਆਖਿਆ ਸੀ। ਇਸ ਘਟਨਾ ਤੋਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਵਿਧਾਇਕ ਕਿਸਾਨਾਂ ਦੇ ਸਮਰਥਨ ਦੇ ਵਿੱਚ ਖੜ੍ਹੇ ਹੋ ਗਏ ਅਤੇ ਉਹਨਾਂ ਵੱਲੋਂ ਸ਼ਾਪਿੰਗ ਮਾਲ ਵੱਲੋਂ ਕੀਤੀ ਇਸ ਹਰਕਤ ਦੀ ਨਿੰਦਾ ਕੀਤੀ ਗਈ। ਇਸੇ ਤੋਂ ਬਾਅਦ ਸਰਕਾਰ ਦੇ ਵੱਲੋਂ ਸ਼ਾਪਿੰਗ ਮਾਲ ਨੂੰ 7 ਦਿਨਾਂ ਲਈ ਤਾਲਾ ਲਗਾ ਦਿੱਤਾ ਅਤੇ ਇਸਦੇ ਹੁਕਮ ਜਾਰੀ ਕਰ ਦਿੱਤੇ ਗਏ। ਬਿਊਰੋ ਰਿਪੋਰਟ, ਹਮਦਰਦ TV।